5 लाख मेरा तो होता पीछे मौत। कितने कुछ ज्यादा दर्द? बहुत ज्यादा। ਜਦੋਂ ਆਏ ਇੱਦਾਂ ਉੱਠ ਕੇ ਖੜੀ ਹੋ ਕੇ ਤੋਰ ਨਹੀਂ ਸੁਣਦਾ ਨਹੀਂ ਤੂੰ। ਅੱਛਾ ਤੋਰ ਨਹੀਂ ਸੁਣਦਾ ਤੇ ਹੁਣ 2 ਮਹੀਨੇ ਹੋ ਗਏ ਸੀ ਇੱਦਾਂ ਇਹ ਪ੍ਰੋਬਲਮ ਆਈ ਹੋਈ ਜੀ। ਮਤ ਕੀ ਪਰੇਸ਼ਾਨੀ ਸੀ ਤੁਹਾਨੂੰ? ਕੀ ਨਾਮ ਤੁਹਾਡਾ? ਚਾਨ ਕੋਰ। ਕੀ ਪਰੇਸ਼ਾਨੀ ਕਾਦੀ ਸੀ? ਹਾਂ ਲੱਕ ਮੇਰਾ ਦੁਖਦਾ ਪਿੱਛੇ ਬਹੁਤ। ਲੱਕ ਦੁਖਦਾ? ਕਿੰਨਾ ਕੁ ਜ਼ਿਆਦਾ ਦਰਦ ਸੀ? ਬਹੁਤ ਜ਼ਿਆਦਾ ਸੀ। ਤੇ ਕੌਣ ਲੈ ਕੇ ਆਇਆ ਤੁਹਾਨੂੰ ਇੱਥੇ? ਮੇਰਾ ਭਾਣਜਾ ਜੀ। ਤੇ ਕਿ ਕੋਈ ਐਡ ਊਡ ਦੇਖੀ ਸੀ ਇਹਨਾਂ ਦੀ? ਇਹ ਆਪ ਆਏ ਸੀ ਪਹਿਲਾਂ, ਇਹਨਾਂ ਦੇ ਗੋਡਿਆਂ ਨੂੰ ਆਰਾਮ ਆਇਆ ਸੀ। ਗੋਡਿਆਂ ਨੂੰ ਆਰਾਮ ਆਇਆ ਸੀ ਉਹਨਾਂ ਤੋਂ ਪੁੱਛ ਕੇ, ਹੁਣ ਤੁਸੀਂ ਆਏ ਹੋ, ਤੁਹਾਨੂੰ ਲੈ ਕੇ ਆਏ ਆ ਤੇ ਤੁਹਾਨੂੰ ਆਰਾਮ ਨਾਲ ਦੀ ਨਾਲ ਆ ਗਏ? ਹਾਂਜੀ। ਕੀ ਬਹੁਤ ਫਰਕ ਸੀ? ਮਤਲਬ ਜਦੋਂ ਆਏ ਸੀ ਤਾਂ ਕਿੰਨੀ ਤਕਲੀਫ ਸੀ, ਜਦੋਂ ਜਾ ਰਹੇ ਹੋ ਤਾਂ ਕਿੰਨਾ ਕੁ ਆਰਾਮ ਹੈ? ਜਦੋਂ ਆਏ ਇੱਦਾਂ ਉੱਠ ਕੇ ਖੜੀ ਹੋ ਕੇ ਤੋਰ ਨਹੀਂ ਸੁਣਦਾ ਮੇਰੇ ਤੋਂ। ਅੱਛਾ ਤੋਰ ਨਹੀਂ ਸੀ ਹੁੰਦਾ ਤੇ ਹੁਣ? 2 ਮਹੀਨੇ ਹੋ ਗਏ ਸੀ ਇੱਦਾਂ ਇਹ ਪ੍ਰੋਬਲਮ ਆਈ ਨਹੀਂ ਮੈਨੂੰ ਜੀ। ਤੇ ਕੀ ਖਾਣ ਪਾਣ 'ਚ ਕੀ ਕਰਦੇ? ਕੁਛ ਵੈਦ ਜੀ ਨੇ ਦੱਸਿਆ ਕਿ ਬਦਲਾਅ ਕਰਨਾ ਪਏਗਾ, ਆਹ ਨਹੀਂ ਖਾਣਾ ਉਹ ਨਹੀਂ ਖਾਣਾ? ਹਾਂ, ਖੱਟੀਆਂ ਮਿੱਠੀਆਂ ਚੀਜ਼ਾਂ ਤਲੀਆਂ ਨਹੀਂ ਖਾਣੀਆਂ। ਤੇ ਦਵਾਈ ਕਿੰਨੇ ਚਿਰ ਦੀ ਦਿੱਤੀ ਹੈ? 15 ਦਿਨ ਦੀ। ਤੇ ਕਹਿੰਦੇ ਨੇ ਕਿ ਠੀਕ ਹੋ ਜਾਓਗੇ? ਹਾਂਜੀ।